ਦੋਸਤੋ, ਅੱਜ ਅਸੀਂ ਆਪਣੀ ਪੰਜਾਬੀ ਵਿੱਚ ਲਿਖੀ ਹੋਈ ਕਵਿਤਾ ਫਰਜ਼ ਲੈ ਕੇ ਆਏ ਹਾਂ, ਜੋ ਕਿ ਇਸ ਪ੍ਰਕਾਰ ਹੈ। ਆਓ ਅਸੀਂ ਨਸ਼ਿਆਂ ਤੋਂ ਬਾਹਰ ਰਹਿ ਕੇ ਫਰਜ਼ ਨਿਭਾਈਏ, ਵਿੱਚ ਨਸ਼ਿਆਂ ਦੇ ਰਹਿ ਕੇ ਅਸੀਂ ਨਾ ਮਾਪਿਆਂ ਕਾਲਕ ਲਾਈਏ। ਆਓ ਅਸੀਂ ਨਸ਼ਿਆਂ ਤੋਂ ਬਾਹਰ ਰਹਿ ਕੇ ਫਰਜ਼ ਨਿਭਾਈਏ, ਅਸੀਂ ਹੱਕ ਆਪਣੇ ਲਈ ਲੜਨਾ ਹੈ, ਨਾ ਨਸ਼ਿਆਂ ਦੇ ਨਾਲ ਘੁਲਣਾ ਹੈ। ਦੂਰ ਨਸ਼ਿਆਂ ਤੋਂ ਰਹਿ ਕੇ ਅਸੀਂ ਵੱਡਿਆਂ ਦਾ ਸਨਮਾਨ ਵਧਾਈਏ। ਆਓ ਅਸੀਂ ਨਸ਼ਿਆਂ ਤੋਂ ਬਾਹਰ ਰਹਿ ਕੇ ਫਰਜ਼ ਨਿਭਾਈਏ, ਵਿੱਚ ਨਸ਼ਿਆਂ ਦੇ ਸੁੱਧ ਨਾ ਰਹਿੰਦੀ, ਵਿੱਚ ਨਸ਼ਿਆਂ ਦੇ ਬੁੱਧ ਨਾ ਰਹਿੰਦੀ। ਗੱਲ ਕਿਹੜੇ ਪਾਸੇ ਕਰਨੀ ਅਸਾਂ, ਗੱਲ ਕਿਹੜੇ ਪਾਸੇ ਕਰ ਜਾਈਏ। ਛੱਡ ਜਾਂਦੇ ਇਹਨਾਂ ਨਸ਼ਿਆਂ ਨੂੰ, ਖੁਸ਼ੀਆਂ ਵਿੱਚ ਸਮਾਂ ਬਿਤਾਈਏ। ਆਓ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਫਰਜ਼ ਨਿਭਾਈਏ, ਜ਼ਿੰਦਗੀ ਵੀ ਖੁਸ਼ਹਾਲ ਰਹੇਗੀ, ਮੇਕੇ ਦੀ ਗੱਲ ਯਾਦ ਰਹੇਗੀ। ਹੋਸ਼ ਜੋਸ਼ ਦੇ ਨਾਲ ਅਸੀਂ ਜੀਵਨ ਸਫ਼ਰ ਲੰਘਾਈਏ। ਆਓ ਅਸੀਂ ਨਸ਼ਿਆਂ ਤੋਂ ਬਾਹਰ ਰਹਿ ਕੇ ਫਰਜ਼ ਨਿਭਾਈਏ। ਸਿੱਖਿਆ ਦੋਸਤੋ, ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਵੱਡਿਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਫਰਜ਼ ਨੂੰ ਹਮੇਸ਼ਾ ਫਰਜ਼ ਸਮਝਣਾ ਚਾਹੀਦਾ ਹੈ। ਹਾਂ ਦੋਸਤੋ, ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਅਗਰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਧੰਨਵਾਦ।